ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਿਰਮਲ ਸੰਧੂ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਪਾਵਾਂਗੇ ਹੁਣ ਤੱਕ ਦੀਆਂ ਸੁਰਖੀਆਂ ਤੇ। ਨਰਿੰਦਰ ਮੋਦੀ ਦੀ ਕੈਬਨਿਟ ਨੇ ਧੂੰਆਂ ਤਾਰ ਕੀਤੀ ਸ਼ੁਰੂਆਤ। ਪਹਿਲੀ ਬੈਠਕ ਵਿੱਚ ਹੀ ਕਾਲੇ ਧਨ ਤੇ SIT ਬਣਾਉਣ ਦਾ ਲਿਆ ਫੈਸਲਾ। ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਕਰਨਗੇ SIT ਦੀ ਅਗਵਾਈ। ਫੂਡ ਪ੍ਰੋਸੈਸਿੰਗ ਵਿਭਾਗ ਦੀ ਮੰਤਰੀ ਬਣੀ ਹਰਸਿਮਰਤ ਕੌਰ ਬਾਦਲ ਨੇ ਵੀ ਸੰਭਾਲਿਆ ਅਹੁਦਾ। ਪੂਰੀ ਜ਼ਿੰਮੇਵਾਰੀ ਅਤੇ ਮਿਹਨਤ ਨਾਲ ਕੰਮ ਕਰਨ ਦਾ ਜਤਾਇਆ ਭਰੋਸਾ। ਬਟਾਲਾ ਵਿਖੇ ਚੰਦ ਪੈਸਿਆਂ ਦੇ ਲਾਲਚ ਵਿੱਚ ਨਸ਼ੇ ਦੇ ਤਸਕਰਾਂ ਦੇ ਨਾਲ ਹੱਥ ਮਿਲਾਉਣ ਵਾਲਾ ਥਾਣੇਦਾਰ ਅਤੇ ਹੌਲਦਾਰ ਨੂੰ ਮੁਅੱਤਲ। ਤਸਕਰਾਂ ਤੋਂ ਮੋਟੀਆਂ ਰਕਮਾਂ ਵਸੂਲਣ ਦਾ ਸੰਗੀਨ ਇਲਜ਼ਾਮ। ਅਤੇ ਕਾਦੀਆਂ ਦੇ ਪਿੰਡ ਸਲਾਹਪੁਰ ਵਿੱਚ ਇੱਕ ਔਰਤ ਦੀ ਉਸੇ ਦੇ ਆਪਣੇ ਹੀ ਘਰ ਵਿੱਚ ਗਲੀ ਸੜੀ ਹਾਲਤ ਵਿੱਚ ਮਿਲੀ ਲਾਸ਼। ਮਾਮਲੇ ਦੀ ਜਾਂਚ ਵਿੱਚ ਜੁਟੀ ਕਾਦੀਆਂ ਪੁਲਿਸ। ਜੀ ਬੁਲੇਟਿਨ ਦੀ ਤਫਸੀਲ। ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਧੂੰਆਂ ਤਾਰ ਢੰਗ ਦੇ ਨਾਲ ਆਪਣੀ ਪਾਰੀ ਦਾ ਆਗਾਜ਼ ਕਰ ਦਿੱਤਾ ਹੈ। ਪਹਿਲੇ ਹੀ ਦਿਨ ਉਹਨਾਂ ਨੇ ਨਾ ਸਿਰਫ ਆਪਣੇ ਮੰਤਰੀ ਮੰਡਲ ਦੀ ਬੈਠਕ ਸੱਦੀ ਬਲਕਿ ਇਸ ਵਿੱਚ ਕਾਲੇ ਧਨ ਤੇ SIT ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਕੈਬਨਿਟ ਦੀ ਪਹਿਲੀ ਬੈਠਕ ਵਿੱਚ ਹੋਈ ਗੱਲਬਾਤ ਬਾਰੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਮੀਡੀਆ ਨੂੰ ਪੂਰੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਸ ਬੈਠਕ ਦੇ ਦੌਰਾਨ ਕਾਲੇ ਧਨ ਅਤੇ UP ਵਿੱਚ ਹੋਏ ਰੇਲ ਹਾਦਸੇ ਬਾਰੇ ਚਰਚਾ ਕੀਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਕਾਲੇ ਧਨ ਦੇ ਖਿਲਾਫ SIT ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ MB ਸ਼ਾਹ ਇਸ ਦੀ ਅਗਵਾਈ ਕਰਨਗੇ, ਜਦਕਿ ਸੇਵਾ ਮੁਕਤ ਜੱਜ ਜਸਟਿਸ ਅਰਜਿਤ ਪਸਾਇਤ ST ਦੇ ਉਪ ਪ੍ਰਧਾਨ ਹੋਣਗੇ। ਜੀ ਉੱਧਰ ਕੇਂਦਰੀ ਮੰਤਰੀ ਮੰਡਲ ਵਿੱਚ ਥਾਂ ਮਿਲਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਵੀ ਕੱਲ੍ਹ ਆਪਣਾ ਅਹੁਦਾ ਸੰਭਾਲਿਆ ਹੈ। ਹਰਸਿਮਰਤ ਕੌਰ ਬਾਦਲ ਨੂੰ ਫੂਡ ਪ੍ਰੋਸੈਸਿੰਗ ਵਿਭਾਗ ਦੀ ਵਾਗਡੋਰ ਦਿੱਤੀ ਗਈ ਹੈ। ਅਹੁਦਾ ਸੰਭਾਲਣ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਦਿੱਲੀ ਕਮੇਟੀ ਅਤੇ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ GK, ਚੜ੍ਹਦੀ ਕਲਾ ਅਦਾਰੇ ਤੋਂ ਜਤਿੰਦਰਪਾਲ ਸਿੰਘ ਅਤੇ ਚੜ੍ਹਦੀ ਕਲਾ ਅਦਾਰੇ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਸਮੇਤ ਵੱਖ ਵੱਖ ਅਕਾਲੀ ਆਗੂਆਂ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਮੁਬਾਰਕਬਾਦ ਦਿੱਤੀ। ਹਰਸਿਮਰਤ ਕੌਰ ਬਾਦਲ ਨੇ ਵੀ ਅਹੁਦਾ ਸੰਭਾਲਣ ਮਗਰੋਂ ਪੂਰੀ ਜ਼ਿੰਮੇਵਾਰੀ ਅਤੇ ਮਿਹਨਤ ਨਾਲ ਕੰਮ ਕਰਨ ਦਾ ਭਰੋਸਾ ਜਤਾਇਆ। मैं समझती हूँ कि आज देश के सामने बहुत सारी चुनौतियाँ हैं, खास करके इस डिपार्टमेंट में, क्योंकि पंजाब स्टेट जो सारे देश का पेट भरता है और किसानों के आज तरह तरह की उनकी तकलीफ़ें हैं। आज ज़रूरत है कि फूड प्रोसेसिंग को बढ़ावा दिया जाए, ताकि जो किसान फूड बनाता है, चाहे वो सब्ज़ी होए, फल होए, जो भी होए, अन्न होए, उसको अच्छी कीमतें मिले और उसको अपनी फसल को आगे ले जाने के लिए ऐसी प्रोसेसिंग इंडस्ट्रीज़ होए जिस करके वो और फूड उगाए और उसको उसका मूल भी मिले और जो खरीददार है उसको सस्ते से सस्ते दामों तक मिला जाए और जो खाना जो ये सड़ता है, अन्न सड़ता है, सब्जियां फल सड़ते हैं, इसको सबसे कम करके सबसे ऑप्टिमम इनका यूटिलाइजेशन किया जाए। मेरी कोशिश यही रहेगी।
ਹਰਸਿਮਰਤ ਕੌਰ ਬਾਦਲ ਦੀ ਜਿੱਤ ਅਤੇ ਉਹਨਾਂ ਦੇ ਕੈਬਨਿਟ ਮੰਤਰੀ ਬਣਨ ਨੂੰ ਲੈ ਕੇ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਤਲਵੰਡੀ ਸਾਬੋ ਵਿਖੇ ਅਕਾਲੀ ਆਗੂਆਂ ਨੇ ਇਸ ਖੁਸ਼ੀ ਵਿੱਚ ਨਾ ਸਿਰਫ ਲੱਡੂ ਵੰਡੇ ਸਗੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਵੀ ਹੋਏ। ਹਾਲਾਂਕਿ ਤਲਵੰਡੀ ਸਾਬੋ ਦੇ ਵਿੱਚ ਅਕਾਲੀ ਦਲ ਦੇ ਵੱਖ ਵੱਖ ਆਗੂਆਂ ਨੇ ਵੱਖ ਵੱਖ ਹੋ ਕੇ ਲੱਡੂ ਵੰਡ ਕੇ ਖੁਸ਼ੀ ਮਨਾਈ। ਜਦੋਂ ਇਸ ਬਾਰੇ ਇੱਥੋਂ ਦੇ ਸਾਬਕਾ ਹਲਕਾ ਇੰਚਾਰਜ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਧੜੇਬਾਜ਼ੀ ਦੀ ਗੱਲ ਨੂੰ ਬਾਖੂਬੀ ਢੰਗ ਦੇ ਨਾਲ ਟਾਲ ਦਿੱਤਾ। ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਦਿੱਲੀ ਦੇ ਵਿੱਚ NDA ਦੀ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਪਾਏਦਾਰ ਸਰਕਾਰ ਬਣੀ ਹੈ ਔਰ ਜਿਹਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਇੱਕ ਬਹੁਤ ਵੱਡਾ ਅਹਿਮ ਮਹਿਕਮਾ ਮਿਲਿਆ। ਇਸ ਦੇ ਨਾਲ ਸਾਰੇ ਜ਼ਿਲ੍ਹੇ ਦਾ, ਸਾਰੇ ਤਲਵੰਡੀ ਹਲਕੇ ਸਾਬੋ ਹਲਕੇ ਦਾ ਸਿਰ ਉੱਚਾ ਹੋਇਆ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਹੁਣ ਖਾਕੀ ਵਰਦੀ ਵਾਲਿਆਂ 'ਤੇ ਵੀ ਕਾਨੂੰਨ ਦੀ ਗਾਜ਼ ਡਿੱਗਦੀ ਨਜ਼ਰ ਆ ਰਹੀ ਹੈ। ਬਟਾਲਾ ਵਿਖੇ ਚੰਦ ਪੈਸਿਆਂ ਦੇ ਲਾਲਚ ਵਿੱਚ ਨਸ਼ੇ ਦੇ ਤਸਕਰਾਂ ਦੇ ਨਾਲ ਹੱਥ ਮਿਲਾਉਣ ਵਾਲੇ ਦੋ ਪੁਲਿਸ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਇਹਨਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹਨਾਂ ਦੇ ਵਿੱਚ ਇੱਕ ਥਾਣੇਦਾਰ ਹੈ ਜਦਕਿ ਦੂਜਾ ਹੌਲਦਾਰ ਦੇ ਅਹੁਦੇ 'ਤੇ ਤਾਇਨਾਤ ਹੈ। ਦਰਅਸਲ ਇਹਨਾਂ ਦੇ ਇਲਜ਼ਾਮ ਹੈ ਕਿ ਇਹ ਦੋਵੇਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਸੌਦਾਗਰਾਂ ਦੇ ਨਾਲ ਮਿਲ ਕੇ ਉਹਨਾਂ ਤੋਂ ਮੋਟੀਆਂ ਰਕਮਾਂ ਵਸੂਲਦੇ ਸਨ। ਲਿਹਾਜ਼ਾ ਇਹਨਾਂ ਦੋਹਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਾਡੇ ਪੁਲਿਸ ਵਾਲੇ ਮੁਲਾਜ਼ਮ ਨੇ ਉਸ 'ਚ ਇੱਕ ASI ਪੰਜਾਬ ਸਿੰਘ ਹੈ ਜਿਹੜਾ ਸਪੈਸ਼ਲ ਸਟਾਫ ਸਾਡਾ ਸੀ, ਇੱਕ PHC ਕਰਮ ਸਿੰਘ ਹੈ। ਇਹ ਦੋਨੇ ਜਣੇ ਪੈਸੇ ਲੈ ਕੇ ਅਤੇ ਕਦੇ ਵੀ ਜਿੱਥੇ ਮਰਜ਼ੀ ਜਾ ਕੇ ਇਹਨਾਂ ਪੈਡਲਰਸ ਨੂੰ ਫੜ ਕੇ ਅਤੇ ਛੱਡ ਦਿੰਦੇ ਸਨ। ਕਦੀ ਕੋਈ ਕਾਨੂੰਨੀ ਐਕਸ਼ਨ ਕਦੀ ਕੋਈ ਇਹਨਾਂ ਨੇ ਨਹੀਂ ਕੀਤਾ। ਇਹਨਾਂ ਦੇ ਖਿਲਾਫ 311 ਕੋਨਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਕ ਸਜ਼ਾ ਦੇਣੀ ਪਈ ਔਰ ਇਹ ਅਸੀਂ ਸਟੈਪ ਸਖਤੀ ਕਰਕੇ। ਜੀ ਉੱਧਰ ਕਾਦੀਆਂ ਦੇ ਪਿੰਡ ਸਲਾਹਪੁਰ ਵਿੱਚ ਪਰਮਜੀਤ ਕੌਰ ਨਾਮ ਦੀ ਇੱਕ ਔਰਤ ਦੀ ਉਸਦੇ ਆਪਣੇ ਹੀ ਘਰ ਵਿੱਚ ਗਲੀ ਸੜੀ ਹਾਲਤ ਵਿੱਚ ਲਾਸ਼ ਮਿਲਣ ਦੀ ਖਬਰ ਹੈ। ਪਰਮਜੀਤ ਕੌਰ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ, ਜੋ ਆਪਣੇ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ। ਇਸ ਗੱਲ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਇਸ ਘਰ ਦੇ ਵਿੱਚੋਂ ਬਦਬੂ ਆਉਣ ਲੱਗੀ ਤਾਂ ਲੋਕਾਂ ਨੇ ਪੁਲਿਸ ਦੀ ਮਦਦ ਦੇ ਨਾਲ ਘਰ ਵਿੱਚ ਆ ਕੇ ਦੇਖਿਆ। ਮ੍ਰਿਤਕ ਦਾ ਪਤੀ ਘਰੇਲੂ ਝਗੜੇ ਕਾਰਨ ਘਰ ਦੇ ਵਿੱਚੋਂ ਅਕਸਰ ਹੀ ਬਾਹਰ ਰਹਿੰਦਾ ਸੀ। ਉੱਧਰ ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ। ਸ਼ੀਸ਼ਾ ਟੁੱਟਿਆ ਪਿਆ, ਸ਼ੀਸ਼ਾ ਟੁੱਟਾ ਗੱਡੀ ਦਾ ਜਦ ਸਾਈ ਗਲਾਸ ਹੁੰਦਾ ਅਤੇ ਅਰਕ ਤੇ ਕੱਟ ਜਾਪਦੀ ਆ, ਬਾਕੀ ਉਲਟਾਇਆ ਤਾਂ ਨਹੀਂ ਉਹਦਾ ਸਰੀਰ ਪਿਆ, ਉਲਟਾ ਪਤਾ ਲੱਗੂ ਕੀ ਆ। ਮੌਕਾ 'ਤੇ ਅਸੀਂ ਆ ਕੇ ਦੇਖਿਆ ਉਹ ਲੇਡੀ ਚਰਨਜੀਤ ਕੌਰ ਨਾਂ, ਉਹਦਾ 50 ਸਾਲ ਏਜ ਆ, ਉਹਦੀ ਕਾਫੀ ਹੈਲਦੀ ਆ, ਉਹਦੀ ਜਿਹੜੀ ਡੈਡ ਬੋਡੀ ਪਈ ਆ, ਡੈਡ ਬੋਡੀ 'ਤੇ ਫਿਲਹਾਲ ਕੋਈ ਇੱਦਾਂ ਦਾ ਕੋਈ ਸੱਟ ਵਗੈਰਾ ਦਾ ਨਿਸ਼ਾਨ ਨਹੀਂ ਆ। ਫਿਰ ਵੀ ਅਸੀਂ ਉਹਦੀ ਜਿਹੜੀ ਤਫਤੀਸ਼ ਕਰ ਰਹੇ ਹਾਂ, ਜੋ ਵੀ ਹੈਗੀ ਬੰਦੀ ਕਰਦੇ। ਹੁਸ਼ਿਆਰਪੁਰ ਦੇ ਪਿੰਡ ਬੀੜਾਂ ਵਿਖੇ ਜਬਰ ਜਿਨਾਹ ਦਾ ਸ਼ਿਕਾਰ ਹੋਈ ਗਰੀਬ ਪਰਿਵਾਰ ਦੀ ਇੱਕ 4 ਸਾਲ ਦੀ ਬੱਚੀ ਨੂੰ ਇਨਸਾਫ਼ ਦਿਵਾਉਣ ਦੇ ਲਈ ਹੁਣ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਉਣ ਲੱਗੀਆਂ ਨੇ। ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਸੰਬੰਧ ਵਿੱਚ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮਾਜ ਸੇਵੀ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਮਾਸੂਮ ਦੇ ਮੁਲਜ਼ਮਾਂ ਨੂੰ ਛੇਤੀ ਗ੍ਰਿਫਤਾਰ ਕਰਨ ਦੇ ਲਈ ਨਾਅਰੇਬਾਜ਼ੀ ਕੀਤੀ। ਇਹ ਘਟਨਾ ਬੀਤੀ 19 ਅਤੇ 20 ਮਈ ਨੂੰ ਵਾਪਰੀ ਸੀ ਅਤੇ ਪੀੜਿਤ ਮਾਸੂਮ ਨੂੰ PGI ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ।
ਸਾਰੀ ਕੁੜੀ ਹੈ ਯੇ ਕੈਬ ਹੁਆ ਯੇ ਬਹੁਤ ਬੁਰਾ ਯਾਨੀ ਸਾਰੇ ਨਿਗੜ ਗਈ ਹੈ ਖੂਨ ਮੇਂ ਵੀ ਕੁੜੀ ਯੇ ਜ਼ੁਲਮ ਜੋ ਹੈ ਸਾਰਾ ਫੜਾ ਜਾ ਯਾਨੀ ਜ਼ੁਲਮੇ ਯਾਨੀ ਮੇਰੇ ਪਕੜੇ ਜਾ ਅਭੀ ਕਹਾਂ ਹੈ ਲੜਕੀ ਵੋ ਪੀ ਜੀ ਆਈ ਨਾ ਮਿਲਾ ਇਨਸਾਫ ਤੋ ਮੈਂ ਆਪਣਾ ਆਤੰਕਵਾਦੀ ਯਾਨੀ ਆਪਣਾ ਆਤਮ ਹੱਤਿਆ ਕਰਕੇ ਮਰ ਜਾਣਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਟਿਆਲਾ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਹੈ। ਗੁਰੂ ਅਰਜਨ ਦੇਵ ਜੀ ਦੇ ਜੀਵਨ, ਸ਼ਹੀਦੀ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵਿਸ਼ੇ 'ਤੇ ਕਰਵਾਏ ਗਏ ਇਸ ਸੈਮੀਨਾਰ ਦੇ ਦੌਰਾਨ ਨੌਜਵਾਨਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਡਾਕਟਰ ਕੁਲਮੋਹਨ ਸਿੰਘ ਵਾਲੀਆ ਦੀ ਅਗਵਾਈ ਵਿੱਚ ਵੱਖ ਵੱਖ ਬੁਲਾਰਿਆਂ ਨੇ ਸੈਮੀਨਾਰ ਨੂੰ ਸੰਬੋਧਨ ਕੀਤਾ। ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਅੱਜ ਰੱਖਿਆ। ਇਸ ਸੈਮੀਨਾਰ ਦਾ ਟੋਪਿਕ ਹੈਗਾ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ, ਸ਼ਹੀਦੀ ਅਤੇ ਸੰਪਾਦਨਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਮਕਸਦ ਇਹ ਹੈ ਕਿ ਖਾਸ ਕਰਕੇ ਨੌਜਵਾਨਾਂ ਨੂੰ ਇਹ ਗੱਲ ਪੜ੍ਹਾਈ ਜਾਵੇ, ਸਮਝਾਈ ਜਾਵੇ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਜਿਹੜੀ ਸੰਪਾਦਨਾ ਹੈ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀਤੀ। ਔਰ ਗੁਰੂ ਗ੍ਰੰਥ ਸਾਹਿਬ ਜਿਹਦੇ ਵਿੱਚ ਕਿ 6 ਗੁਰੂ ਸਾਹਿਬਾਨ ਦੀ ਬਾਣੀ, 11 ਭੱਟਾਂ ਦੀ ਬਾਣੀ, 15 ਭਗਤਾਂ ਦੀ ਬਾਣੀ ਔਰ 4 ਗੁਰਸਿੱਖਾਂ ਦੀ ਬਾਣੀ ਹੈ। ਬੱਚਿਆਂ ਨੂੰ ਦੱਸਣ ਦੀ ਲੋੜ ਹੈ ਕਿ ਇਹਦੇ ਵਿੱਚ ਕੋਈ ਲਾਈਫ ਸਟੋਰੀ ਨਹੀਂ ਹੈ ਗੁਰੂ ਸਾਹਿਬ ਦੀ, ਇੱਕ ਜੀਵਨ ਜਿਉਣ ਦਾ ਰਾਹ ਗੁਰੂ ਸਾਹਿਬ ਨੇ ਇੱਥੇ ਲਿਖਿਆ। ਔਰ ਹਰ ਸਿੱਖ ਨੂੰ ਹੁਕਮ ਹੈ ਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਜਿਹੜੀ ਕੰਸੈਪਟ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤੀ ਹੈ ਉਹ ਬੱਚਿਆਂ ਨੂੰ ਦ੍ਰਿੜ ਕਰਾਉਣ ਵਾਸਤੇ ਅਸੀਂ ਇਹ ਇੱਕ ਸੈਮੀਨਾਰ ਆਯੋਜਿਤ ਕੀਤਾ। ਅਤੇ ਹੁਣ ਚੜ੍ਹਦੀ ਕਲਾ ਟਾਈਮ ਟੀਵੀ ਦੇਖਣ ਵਾਲੇ ਦਰਸ਼ਕਾਂ ਦੇ ਲਈ ਇੱਕ ਜ਼ਰੂਰੀ ਸੂਚਨਾ ਹੈ। ਚੜ੍ਹਦੀ ਕਲਾ ਟਾਈਮ ਟੀਵੀ ਨੂੰ ਹੁਣ ਤੁਸੀਂ ਵੀਡੀਓਕਾਨ ਡਿਸ਼ ਦੇ ਨੰਬਰ 762 ਦੀ ਥਾਂ 'ਤੇ 929 'ਤੇ ਦੇਖ ਸਕੋਗੇ। ਸੋ ਇਸ ਨਾਲ ਹੀ ਵੇਲਾ ਤੁਹਾਡੇ ਤੋਂ ਇਜਾਜ਼ਤ ਰਹਿੰਦਾ, ਪਰ ਜਾਂਦੇ ਜਾਂਦੇ ਇੱਕ ਵਾਰੀ ਫਿਰ ਨਜ਼ਰ ਪਾਵਾਂਗੇ ਹੁਣ ਤੱਕ ਦੀਆਂ ਸੁਰਖੀਆਂ 'ਤੇ। ਨਰਿੰਦਰ ਮੋਦੀ ਦੀ ਕੈਬਨਿਟ ਨੇ ਧੂੰਆਂ ਤਾਰ ਕੀਤੀ ਸ਼ੁਰੂਆਤ। ਪਹਿਲੀ ਬੈਠਕ ਵਿੱਚ ਕਾਲੇ ਧਨ 'ਤੇ SIT ਬਣਾਉਣ ਦਾ ਲਿਆ ਗਿਆ ਫੈਸਲਾ। ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਕਰਨਗੇ SIT ਦੀ ਅਗਵਾਈ। ਫੂਡ ਪ੍ਰੋਸੈਸਿੰਗ ਵਿਭਾਗ ਦੀ ਮੰਤਰੀ ਬਣੀ ਹਰਸਿਮਰਤ ਕੌਰ ਬਾਦਲ ਨੇ ਵੀ ਸੰਭਾਲਿਆ ਅਹੁਦਾ। ਪੂਰੀ ਜ਼ਿੰਮੇਵਾਰੀ ਅਤੇ ਮਿਹਨਤ ਨਾਲ ਕੰਮ ਕਰਨ ਦਾ ਜਤਾਇਆ ਭਰੋਸਾ। ਗੁਲਦਸਤੇ ਭੇਂਟ ਕਰਕੇ ਕੀਤਾ ਗਿਆ ਸਵਾਗਤ। ਬਟਾਲਾ ਵਿਖੇ ਚੰਦ ਪੈਸਿਆਂ ਦੇ ਲਾਲਚ ਵਿੱਚ ਨਸ਼ੇ ਦੇ ਤਸਕਰਾਂ ਦੇ ਨਾਲ ਹੱਥ ਮਿਲਾਉਣ ਵਾਲਾ ਥਾਣੇਦਾਰ ਅਤੇ ਹੌਲਦਾਰ ਮੁਅੱਤਲ। ਤਸਕਰਾਂ ਤੋਂ ਮੋਟੀਆਂ ਰਕਮਾਂ ਵਸੂਲਣ ਦਾ ਸੰਗੀਨ ਇਲਜ਼ਾਮ। ਅਤੇ ਕਾਦੀਆਂ ਦੇ ਪਿੰਡ ਸਲਾਹਪੁਰ ਵਿੱਚ ਇੱਕ ਔਰਤ ਦੀ ਉਸਦੇ ਆਪਣੇ ਹੀ ਘਰ ਵਿੱਚ ਗਲੀ ਸੜੀ ਹਾਲਤ ਵਿੱਚ ਮਿਲੀ ਲਾਸ਼। ਮਾਮਲੇ ਦੀ ਜਾਂਚ ਵਿੱਚ ਜੁਟੀ ਕਾਦੀਆਂ ਪੁਲਿਸ। ਸੋ ਖਬਰਾਂ ਦਾ ਇਹ ਸਿਲਸਿਲਾ ਇੱਥੇ ਹੀ ਖਤਮ ਕਰਦੇ ਹਾਂ। ਕੁਝ ਹੋਰ ਖਬਰਾਂ ਦੇ ਨਾਲ ਫਿਰ ਮਿਲਾਂਗੇ। ਤਦ ਤੱਕ ਲਈ ਆਗਿਆ ਦਿਓ।